ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਨੂੰ ਅੱਗੇ ਵੀ ਅਗਲੀ ਵੀਡੀਓ ਦੇ ਵਿੱਚ ਦੱਸਿਆ ਗਾਵਾਂ ਲੈ ਕੇ ਆਇਆ ਤੁਹਾਡੇ ਵਾਸਤੇ ਮੁਹੰਮਦ ਨਵਾਜ਼ ਸਾਹਿਬ ਕੋਲ। ਅੱਗੇ ਇਹਨਾਂ ਦਾ ਤਾਰਫ ਤੁਹਾਨੂੰ ਕਰਵਾਇਆ ਹੈਗਾ, ਇੱਕ ਨੰਬਰ ਅਤੇ ਦੋ ਨੰਬਰ। ਅਗਲੀ ਵੀਡੀਓ ਦੇ ਵਿੱਚ ਗਾਂ ਦਿਖਾਈ, ਇਹ ਹੁਣ ਤੁਹਾਨੂੰ ਦਿਖਾਉਣ ਲੱਗਿਆ ਤਿੰਨ ਨੰਬਰ ਗਾਂ ਹੈ। ਬਾਕੀ ਇਹਦੀ ਡਿਟੇਲ ਲੈਂਦੇ ਹਾਂ ਮਾਲਕ ਕੋਲੋਂ, ਲੈ ਆਓ। ਇਹਨਾਂ ਦੇ ਬੱਚੇ ਇੰਨੇ ਦੂਰ ਕਿਉਂ ਬੰਨੇ ਹੋਏ ਜੇ, ਜਿਹੜਾ ਹਾਲ ਹਾਲ ਪਾਈ ਖਲੋਤੀਆਂ। ਇਹਨੂੰ ਟੋਰੋ ਥੋੜ੍ਹਾ ਜਿਹਾ, ਇਹਨੂੰ ਟੋਰੋ ਜੀ। ਇਹਨਾਂ ਕੋਲ ਅੱਗੇ ਵੀ ਮਾਸ਼ਾਅੱਲਾ ਪਿਛਲੇ ਹਫ਼ਤੇ ਅਸੀਂ ਨਾ 6-7 ਗਾਵਾਂ ਦਿਖਾਈਆਂ ਨੇ, ਅਤੇ ਉਸ ਤੋਂ ਬਾਅਦ ਵੀ ਕਹਿ ਰਹੇ ਨੇ 10-15 ਗਾਵਾਂ ਅਸੀਂ ਸੇਲ ਕੀਤੀਆਂ। ਮਾਸ਼ਾਅੱਲਾ ਬਹੁਤ ਹੀ ਅੱਛੇ ਇਨਸਾਨ ਹਨ, ਕੋਈ ਝੂਠ ਫਰੇਬ ਵਾਲੀ ਗੱਲ ਨਹੀਂ ਇਹਨਾਂ ਦੀ। ਇਹਨਾਂ ਦੀ ਗਰੰਟੀ ਦੇਣ ਵਾਸਤੇ ਮੈਂ ਬਜ਼ਾਤੇ ਖੁਦ ਤਿਆਰ ਹਾਂ, ਠੀਕ ਹੈ ਨਾ। ਜਿੰਨਾ ਦੁੱਧ ਦੱਸਣਗੇ, ਜਿੰਨਾ ਵੀ ਡਿਟੇਲ ਦੇਣਗੇ ਨਾ, ਉਹਨਾਂ ਦਾ ਜ਼ਿੰਮੇਦਾਰ ਮੈਂ ਹੋਵਾਂਗਾ, ਕਿਉਂਕਿ ਇੱਕ ਅੱਛਾ ਇਨਸਾਨ ਜਿਹੜਾ ਹੋਵੇ ਨਾ, ਉਹਦੀ ਅੱਛਾਈ ਬਿਆਨ ਕਰਨੀ ਚਾਹੀਦੀ। ਇਹ ਤਿੰਨ ਨੰਬਰ ਗਾਂ ਤੁਹਾਨੂੰ ਦਿਖਾਈ ਹੈ ਜੀ, ਕਿਉਂਕਿ ਅੱਗੇ ਜਦੋਂ ਵੀਡੀਓ ਅਪਲੋਡ ਕੀਤੀ ਸੀ ਨਾ, ਕਾਫੀ ਪਰੇਸ਼ਾਨੀ ਬਣੀ ਦੋਸਤਾਂ ਨੂੰ ਕਿ ਯਾਰ ਕਿਹੜੇ ਇੱਕ ਨੰਬਰ ਜਾਂ ਫਲਾਂ ਨੰਬਰ। ਇਹ ਤਿੰਨ ਨੰਬਰ ਗਾਂ ਜੇ, ਦੂਸਰੀ ਵੀਡੀਓ ਜੇ ਤਿੰਨ ਨੰਬਰ ਗਾਂ ਜੇ। ਲੈ ਆਓ ਜੀ ਅੱਗੇ ਨਾ, ਚੌਥੇ ਨੰਬਰ ਵਾਲੀ ਗਾਂ ਤੇ ਲੈ ਆਓ। ਇਹਦਾ ਨਾਲ ਬੱਚਾ ਦੇ ਦੱਸੋ ਕਿਹੜਾ ਇਹਦਾ ਜੀ ਬੱਚਾ। ਉਧਰ ਲੈ ਜਾਓ ਚੌਥੇ ਨੰਬਰ, ਚਾਰ ਨੰਬਰ ਦਿਖਾ ਰਿਹਾ। ਨਾਮ ਵਗੈਰਾ ਤਾਂ ਅੱਗੇ ਵੀ ਤੁਹਾਨੂੰ ਦੱਸਿਆ, ਮੁਹੰਮਦ ਨਵਾਜ਼ ਸ਼ਦਮਾਨ ਕਾ ਚੱਕ, ਜੈਗੜ੍ਹ ਫਤਿਹ ਸ਼ਾਹ ਦੇ ਨਾਲ ਹੈ, 613 ਪਿੰਡ। ਇਹਨਾਂ ਕੋਲ ਚੌਥੇ ਨੰਬਰ 'ਤੇ ਗਾਂ ਦਿਖਾ ਰਿਹਾ ਤੁਹਾਨੂੰ। ਇਹ ਪਿਓਰ ਸਾਹੀਵਾਲ ਹੈ ਜੀ, ਇਹਦੇ ਵਿੱਚ ਸਾਹੀਵਾਲ ਵਲੈਤੀ ਮਿਕਸ ਹੈ ਜੀ ਇਹਨਾਂ। ਹਾਂਜੀ, ਇੱਕ ਰੰਗ ਬਹੁਤ ਪਿਆਰਾ ਆ ਗਿਆ, ਬੱਚੀ ਦੀ ਚਮਕ ਬਹੁਤ ਗ੍ਰੇਸ ਵਾਲੀ ਹੈ। ਜਿਹੜਾ ਮੇਰਾ ਭਾਈ ਰੱਖੀ ਗਿਆ, ਉਹ ਚਿੱਟੀ ਬੱਚੀ ਤੇ ਇਹਨੂੰ ਯਾਦ ਕਰਨਗੇ ਦੋਵਾਂ ਨੂੰ। ਠੀਕ ਹੋ ਗਿਆ ਜੀ, ਲੈ ਚਲੋ ਉੱਥੇ ਬੰਨੋ ਇਹਨਾਂ ਬੱਚਾ। ਛੋਟਾ ਹੀ ਨਹੀਂ ਗਿਆ ਬੱਚਾ, ਦਿਖਾ ਲੈਣੇ ਇਹਨੂੰ ਅੱਛੀ ਤਰ੍ਹਾਂ ਦਿਖਾਓ ਨਾ। ਬਣ ਦੇਵੋ ਜੀ ਇੱਥੇ ਤੁਸੀਂ ਨਾ। ਚਾਰਾਂ ਥੱਲੇ ਹੀ ਬੱਚੇ ਨੇ ਜੀ।
ਹਾਂਜੀ ਨਹੀਂ ਨਹੀਂ ਇੱਕ ਤੇ ਥੱਲੇ ਮੇਰੇ ਖਿਆਲ ਵੱਛੀ ਹੈ ਉਹ ਵੱਛੀ ਆਈ ਖੜੇ ਆ ਤੀਸਰੇ ਨੰਬਰ ਵਾਲੇ ਤੇ ਨਾ ਵੱਛੀ ਨੇ ਗਈ ਤੀਸਰੇ ਨੰਬਰ ਵਾਲੀ ਵੱਛੀ ਹੈ ਮੇਰੇ ਖਿਆਲ ਤੁਸੀਂ ਪਹਿਲੇ ਵੱਛਾ ਦੱਸਿਆ ਨਹੀਂ 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 ਵੱਛੀ ਨੇ ਤੁਸੀਂ ਵੀ ਨਹੀਂ ਜਾਈ ਤੇ ਮੈਂ ਵੀ ਨਹੀਂ ਵੇਖੀ ਮੈਂ ਵੀ ਹੁਣ ਵੇਖੀ ਹੈਗੀ ਮੈਂ ਤਾਂ ਨਹੀਂ ਗੌਰ ਕੀਤਾ ਤੀਸਰੇ ਨੰਬਰ ਤੇ ਜਿਹੜੀ ਗਾਂ ਦਿਖਾਈ ਉਹਦੇ ਥੱਲੇ ਵੱਛੀ ਜੀ ਤੁਹਾਨੂੰ ਦਿਖਾਈ ਹੈ ਪਹਿਲੇ ਤੇ ਔਰ ਆ ਹੋਗਾ ਤੇ ਇੱਥੇ ਹੀ ਆ ਜਾਵੋ ਜਿਹੜਾ ਨਾ ਨਵਾਜ਼ ਸਾਹਿਬ ਜਨਾਬ ਉਹਨਾਂ ਦਾ ਨਾਮ ਹੈ ਤਾਰਫ ਦੇ ਮੁਤਾਜ ਕੋਈ ਨਹੀਂ ਹੈ ਜੀ ਪਹਿਲੇ ਵੀ ਇਹਨਾਂ ਦੇ ਤੁਹਾਨੂੰ ਦੱਸਿਆ ਦੋਸਤੋ ਕਿ ਗਾਵਾਂ ਦੀ ਵੀਡੀਓ ਅਸੀਂ ਅਕਸਰ ਔਕਾਤ ਪਾਉਂਦੇ ਰਹਿੰਦੇ ਠੀਕ ਹੈ ਨਾ ਨਵਾਜ਼ ਗਾਈਆਂ ਵਾਲਾ ਮਸ਼ਹੂਰ ਹੈ ਸਾਡੇ ਕੋਲ ਖੈਰ ਨਵਾਜ਼ ਸਾਹਿਬ ਇਹਦੇ ਜਿਹੜੇ ਤਿੰਨ ਨੰਬਰ ਤੇ ਗਾਂ ਦਿਖਾਈ ਹੈ ਤੁਸੀਂ ਹਾਂਜੀ ਆ ਡੱਬੀ ਹਾਂਜੀ ਡੱਬੀ ਹੈ ਤਿੰਨ ਦੇ ਕਿੰਨੇ ਦਿਨਾਂ ਦੀ ਸੂਈ ਹੈ ਕਿੰਨਵਾਂ ਸੂਬਾ ਸੋ ਉਹ ਜੀ ਤਕਰੀਬਨ 2 ਦਿਨਾਂ ਦੀ ਸੂਈ ਹੋਈ ਹੈ ਅੱਛਾ ਬਲਕਿ ਕੱਲ ਸੂਈ ਹੋਈ ਉਹ ਵੀ ਕੱਲ ਸੂਈ ਹੈ ਕਨਫਰਮ ਗੱਲ ਨਹੀਂ ਨਹੀਂ ਬਿਲਕੁਲ ਲੋਹ ਤੇ ਲੀਕ ਆ ਬੱਚਾ ਤੁਹਾਡੇ ਸਾਹਮਣੇ ਨਹੀਂ ਖਲਾ ਜੀ ਹਾਂ ਕੱਲ ਸੂਈ ਹੈ ਭਾਈ ਜਾਨ ਤੇ ਦੂਸਰੇ ਨੰਬਰ ਤੇ ਜਿਹੜਾ ਨਬੋਲਾ ਚ ਹੋਇਆ ਹਾਂਜੀ ਉਹ 12-14 ਲੀਟਰ ਪੱਕਾ ਆ ਗਿਆ ਠੀਕ ਹੋ ਕਿਉਂਕਿ ਬੱਚੇ ਨੂੰ ਵੀ ਛੱਡਿਆ 12 ਲੀਟਰ ਤੋਂ ਬਣਿਆ ਗਿਆ ਠੀਕ ਇਹਦੇ ਥੱਲੇ ਤੀਸਰੇ ਨੰਬਰ ਵਾਲੀ ਥੱਲੇ ਵੱਛੀ ਹੈ ਜੀ ਤੇ ਕੱਲ ਸੂਈ ਹੈ ਤੇ ਦੂਸਰਾ ਸੁਬਾ ਸੂਈ ਹੈ ਹਾਂਜੀ ਦੂਸਰਾ ਨਹੀਂ ਨਹੀਂ ਪਹਿਲਾ ਅੱਛਾ ਇਹ ਵੀ ਪਹਿਲਾ ਸੁਬਾ ਸੂਈ ਹੈ ਲੜੋ ਨਹੀਂ ਨਵਾਜ਼ ਸਾਹਿਬ ਮੈਂ ਦੱਸ ਰਿਹਾ ਦੋਸਤਾਂ ਨੂੰ ਪਹਿਲਾ ਸੁਬਾ ਸੂਈ ਹੈ ਜੀ ਇਹਦੇ ਥੱਲੇ ਬੋਲਾ ਤੁਸੀਂ ਦੱਸਿਆ 14-15 ਕਿਲੋ ਚੋਇਆ 12 ਲੀਟਰ ਜੀ 12 ਅੱਛਾ 12 ਲੀਟਰ ਇਹਦੀ ਹੁਣ 2 ਲੀਟਰ ਬੱਚੇ ਨੂੰ ਛੱਡ ਕੇ 14 ਬਣਦਾ ਹੁੰਦਾ ਠੀਕ ਹੋ ਗਿਆ ਇਹਦੀ ਹੁਣ ਪੱਕੀ ਜੀ ਕੀਮਤ ਇਹਦੀ ਦੱਸੀ ਹੈ ਇਹਦੀ ਪੱਕੀ ਜਿਹੜੀ ਕੀਮਤ ਹੈ 1,15,000 ਹੀ ਹੈ ਇਹਦੀ ਵੀ ਇਹਦੀ ਵੀ 1,15,000 ਠੀਕ ਹੋ ਗਿਆ ਇਹਦੇ ਵਿੱਚ ਗੁਜਾਇਸ਼ ਕੋ ਮੁਹੱਬਤ ਇਹਦਾ ਵੀ 5 ਤੇ ਬ੍ਰੇਕ ਹਾਂਜੀ ਛੱਡ ਕੇ ਇੱਕ ਦਾ ਤੇ ਅੱਛਾ ਸਾਰੀਆਂ ਚ 5-5 ਹੀ ਛੱਡਦੇ ਹਾਂ ਹਾਂਜੀ ਸਾਰੀਆਂ ਚ ਸਾਰੀਆਂ ਚ 5-5 ਕਿਉਂਕਿ ਮੈਂ ਸ਼ਾਮ ਦਾ ਟਾਈਮ ਹੈ ਨਾ ਰੋਣਾ ਆਪਾਂ ਕਿਤਨਾ ਹੀ ਨਹੀਂ ਵਿੱਚ ਇੱਕ ਛਿਕਾਵਾ ਕਰੀਏ ਮੈਂ 1.5 ਲੱਖ ਰੋਣਾ ਬਹੁਤ ਛੇਕ ਕੇ ਤੇ ਆਵਾਂ ਛੱਡਦਾ ਠੀਕ ਹੋ ਗਿਆ ਜੀ 5 1,10,000 ਦੀ ਵੀ ਹੈ ਜੀ ਹਾਂਜੀ ਤੇ ਜਿਹੜੀ ਆ ਚੌਥੇ ਨੰਬਰ ਤੇ ਦਿਖਾਈ ਆ ਚੌਥੇ ਵਾਲੇ ਦੀ 1,20 1,20,000 ਰੁਪਇਆ ਕੀਮਤ ਪਹਿਲੇ ਦੱਸੀ ਜਿਹਨੇ ਉਹਦੇ ਕੋ ਦੁੱਧ ਵਗੈਰਾ ਦੱਸੋ ਕਿੰਨਾ ਹੈ ਜੀ ਦੁੱਧ ਦਾ ਜੀ ਪੱਕਾ ਜਿਹੜਾ ਆ ਗਿਆ ਉਹ ਤਕਰੀਬਨ 12 ਲੀਟਰ ਆ ਗਿਆ 12 ਲੀਟਰ ਦਾ ਪੱਕਾ ਦੁੱਧ ਦੋਵਾਂ ਟਾਈਮਾਂ ਤੇ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਉਹ ਤਕਰੀਬਨ ਉਹ 1 ਦਿਨ ਦੀ ਉਹ ਵੀ ਸੂਈ ਹੋਈ ਹੈ ਉਹ ਵੀ 1 ਦਿਨ ਦੀ ਸੀ ਮਤਲਬ 1-2 ਦਿਨ ਦੀਆਂ ਸੂਈਆਂ ਹੋ ਜਾਣਗੇ ਠੀਕ ਹੈ ਉਹਦੇ ਥੱਲੇ ਵੱਛਾ ਹੈ ਨਾ ਹਾਂਜੀ ਵੱਛਾ ਤੇ ਉਹ ਵੀ ਪਹਿਲਾ ਸੁਬਾ ਸੂਈ ਹੈ ਹਾਂਜੀ 1,20,000 ਰੁਪਇਆ ਹੁੰਦਾ ਹਾਂਜੀ ਉਹਦਾ ਮੈਂ 5 ਪਹਿਲੇ ਹੀ ਛੱਡ ਦਿੱਤਾ ਜੀ ਅੱਛਾ ਉਹਦਾ ਪਹਿਲੇ ਹੀ ਗੁੰਜਾਇਸ਼ ਕਰ ਦਿੱਤੀ ਕਿਉਂਕਿ ਮੈਂ ਛੱਡ ਦਿੱਤਾ ਸ਼ਾਮ ਦਾ ਟਾਈਮ ਹੈ ਆਪਾਂ ਉਹਦੇ ਵਿੱਚ ਨਾ 1-20 ਦੇ ਵਿੱਚ ਜਿਹੜਾ 100 ਘੱਟ ਉਹ ਨਹੀਂ ਦੇਣੀ ਠੀਕ ਹੈ ਦੋਸਤੋ ਨਵਾਜ਼ ਸਾਹਿਬ ਇਹਦੇ ਵਿੱਚ ਵੀ ਆਪਣਾ ਨੰਬਰ ਬੋਲ ਦਿਓ 0344-7779-719 0344-7779-0344 ਨਵਾਜ਼ ਸਾਹਿਬ ਦੀ ਮੈਂ ਅੱਗੇ ਵੀ ਹਾਂ ਵੀ ਵਰਦਾ ਰਹਿਣਾ ਜੇ ਤੇ ਇਨਸ਼ਾਅੱਲਾ ਵਰਦਾ ਰੱਖਾਂ ਕਿਉਂਕਿ ਇੱਕ ਅੱਛਾ ਇਨਸਾਨ ਜਿਹੜਾ ਵਰਛਾ ਚੰਦਾ ਹੋਵੇ ਉਹਦੀ ਅਛਾਈ ਬਿਆਨ ਕਰਨੀ ਚਾਹੀਦੀ ਹੈ ਅੱਛੇ ਬੰਦੇ ਜਿਹੜੀ ਇਹਨਾਂ ਨੇ ਗੱਲ ਕੀਤੀ ਉਹ ਇਨਸ਼ਾਅੱਲਾ ਪੂਰੀ ਕਰਾਵਾਂਗੇ ਪਹਿਲੇ 6 ਗਾਂ ਦਿਖਾਈਆਂ ਸਨ ਅਲਹਮਦੁਲਿਲਾ ਮੇਰੇ ਕੋਲ 6 ਦਾ ਹੀ ਬਿਆਨਾ ਆਇਆ ਤੇ 6 ਹੀ ਇਹਨਾਂ ਨੂੰ ਸੇਲ ਕਰਾਈਆਂ ਨੇ ਇੱਕ ਅੱਧੀ ਕੋਈ ਮੇਰੇ ਜਾਂ ਆਉਣ ਤੋਂ ਪਹਿਲਾਂ ਇੱਥੇ ਹੀ ਸੇਲ ਹੋ ਗਈ ਕੋਈ ਇਹਨਾਂ ਨੇ ਮੇਰੇ ਬਾਅਦ 15 ਸੇਲ ਕੀਤੀਆਂ ਨੇ ਬਹਰਹਾਲ ਇਨਸ਼ਾਅੱਲਾ ਜਿਹੜੀ ਚੀਜ਼ ਅੱਛੀ ਦਿਖਾਵਾਂ ਤੇ ਇਹਨਾਂ ਦੇ ਕੋਲੋਂ ਤੇ ਮناسب ਰੇਟ ਕਰਾਵਾਂਗੇ ਜਿੰਨਾ ਹੋ ਸਕੇ ਸਾਰੀਆਂ ਇਹਨਾਂ ਖੂਬਸੂਰਤੀ ਵਾਲੀਆਂ ਨੇ ਜਿਤਨੀਆਂ ਕਿ ਥਾਂ ਚੰਗਾ ਹੈ ਖੂਬਸੂਰਤੀ ਵੀ ਹੈ ਠੀਕ ਹੈ ਦੋਸਤੋ ਇਹ ਹੁਣ ਸਾਰੀ ਡਿਟੇਲ ਦਾ ਤੁਹਾਨੂੰ ਦੇ ਛੱਡੀ ਹੈ ਜਿਹੜੀ ਵੀ ਤੁਹਾਨੂੰ ਗਾਂ ਜਾਂ ਚਾਰਾਂ ਗਾਵਾਂ ਦੇ ਵਿੱਚ ਪਸੰਦ ਆਉਂਦੀ ਨਾ ਪਹਿਲੀ ਵੀਡੀਓ ਦੇ ਵਿੱਚ 2 ਦਿਖਾਈਆਂ ਤੇ ਇਸ ਦੇ ਵਿੱਚ 2 ਦਿਖਾਈਆਂ ਠੀਕ ਹੈ ਨਾ ਜਿਹੜੀ ਵੀ ਪਸੰਦ ਆਉਂਦੀ ਪਸੰਦ ਕਰਕੇ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇ ਵੋ ਇਜਾਜ਼ਤ ਅੱਲਾਹ ਹਾਫਿਜ਼